ਮੋਗਾ ਦਾ ਸਰਕਾਰੀ ਹਸਪਤਾਲ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਕਦੇ ਫਰਸ਼ ਉੱਤੇ ਹੋਈ ਡਿਲੀਵਰੀ ਕਾਰਨ ਅਤੇ ਕਦੇ ਸਹੀ ਇਲਾਜ ਨਾ ਹੋਣ ਕਾਰਨ। ਦੱਸ ਦਈਏ ਕਿ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਧਲੇਕੇ ਦੀ ਪ੍ਰਿਆ ਕਪੂਰ ਦਾ, ਜਿਸ ਦੀ ਡਿਲੀਵਰੀ 2019 ਨੂੰ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਸੀ। ਪ੍ਰਿਆ ਨੇ ਦੱਸਿਆ ਕਿ ਡਿਲੀਵਰੀ ਸਮੇਂ ਹੋਏ ਆਪਰੇਸ਼ਨ ਵਿੱਚ ਨਰਸ ਨਿਹਾਰਿਕਾ ਨੇ ਬਹੁਤ ਲਾਪਰਵਾਹੀ ਵਰਤੀ, ਜਿਸ ਨਾਲ ਉਹ ਦੁੱਖ ਭੋਗ ਰਹੀ ਹੈ। ਮੇਰਾ ਨਾਮ ਪ੍ਰਿਆ ਕਪੂਰ ਜੀ। ਅੱਛਾ, ਤੁਹਾਨੂੰ ਕੀ ਮੁਸ਼ਕਲ ਕੀ ਆ ਰਹੀ ਹੈ, ਜਿਹੜਾ ਤੁਸੀਂ ਮੰਜੇ ਤੇ ਪਏ, ਕੀ ਕਾਰਨ ਕੀ ਹੋ? ਹਾਂਜੀ ਸਰ, ਮੇਰੀ ਡਿਲੀਵਰੀ ਹੋਈ ਸੀ ਸਰਕਾਰੀ ਹਸਪੀਟਲ 'ਚੋਂ, ਪਰ ਉਹ ਜਿਹੜੀ ਮੇਰੀ ਡਿਲੀਵਰੀ ਹੋਈ ਆ ਉਹ ਸਹੀ ਨਹੀਂ ਹੋਈ। ਉਹਦੀ ਵਜ੍ਹਾ ਨਾਲ ਅਸੀਂ 3-4 ਵਾਰੀ ਆਪਰੇਸ਼ਨ ਖਿਲਾ ਚੁੱਕੇ ਹਾਂ, ਅਤੇ ਉਹਦੀ ਵਜ੍ਹਾ ਨਾਲ ਮੈਨੂੰ ਬਹੁਤ ਜ਼ਿਆਦਾ ਤਕਲੀਫ ਆ। ਹਾਲੇ ਤੱਕ ਮੈਂ ਨਹੀਂ ਠੀਕ ਹੋ ਪਾਈ, ਨਾ ਮੈਂ ਆਪਣਾ ਬੱਚਾ ਸੰਭਾਲ ਸਕਦੀ ਹਾਂ। ਇਹਦੇ 'ਚ ਅਣਗਹਿਲੀ ਕਿੰਦੀ ਮੰਨਦੇ ਤੁਸੀਂ? ਇਹਦੇ 'ਚ ਅਣਗਹਿਲੀ ਜੀ, ਜਿਹੜੇ ਡਾਕਟਰ ਨੇ ਮੇਰੀ ਡਿਲੀਵਰੀ ਕੀਤੀ ਆ। ਤੁਹਾਡਾ ਟ੍ਰੀਟਮੈਂਟ ਸਹੀ ਨਾ ਹੋਣ ਕਾਰਨ ਹੀ ਹੈ ਸਾਰਾ ਕੁਝ? ਹਾਂਜੀ ਹਾਂਜੀ ਬਿਲਕੁਲ, ਮੇਰਾ ਟ੍ਰੀਟਮੈਂਟ ਅਗਰ ਸ਼ੁਰੂ ਤੋਂ ਪਹਿਲਾਂ ਹੀ ਸਹੀ ਹੋਇਆ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ। ਅੱਛਾ ਜੀ, ਅਤੇ ਤੁਸੀਂ ਬਾਅਦ 'ਚ ਡਾਕਟਰ ਨੂੰ ਮਿਲੇ ਹੋ, ਕੁਛ ਕੀ ਕਿਹਾ ਕੀ ਹੈ ਉਹਨੇ ਜੀ? ਹਾਂਜੀ ਸਰ, ਦੂਸਰੀ ਵਾਰੀ ਜਦੋਂ ਅਸੀਂ ਗਏ, ਮੇਰੇ ਫਸਟ ਟਾਈਮ ਜਦੋਂ ਡਿਲੀਵਰੀ ਹੋਈ ਆ ਉਦੋਂ ਮੇਰੇ ਟਾਂਕੇ ਜਿਹੜੇ ਸੀ ਉਹ ਠੀਕ ਨਹੀਂ ਸੀ ਹੋਏ, ਉਹਨਾਂ 'ਚੋਂ ਬਲੀਡਿੰਗ ਹੁੰਦੀ ਸੀ। ਬਟ ਜਦੋਂ ਅਸੀਂ ਛੁੱਟੀ ਲੈ ਕੇ 5ਵੇਂ ਦਿਨ ਸਾਨੂੰ ਉਹਨਾਂ ਨੇ ਟਾਂਕੇ ਤੋਂ ਛੁੱਟੀ ਦੇ ਕੇ ਭੇਜ ਦਿੱਤੀ ਸੀ ਘਰੇ, 10ਵੇਂ ਦਿਨ ਅਸੀਂ ਗਏ ਸੀ ਟਾਂਕੇ ਕਟਵਾਉਣ, ਅਤੇ ਉਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਵਿੱਚੋਂ ਬਲੀਡਿੰਗ ਆਉਂਦੀ ਆ, ਪਰ ਉਹਨਾਂ ਨੇ ਮੇਰੇ ਟਾਂਕੇ ਦੇਖੇ ਬਗੈਰ, ਪੱਟੀ ਖੁਲਵਾ ਕੇ ਦੇਖੇ ਬਗੈਰ ਹੀ ਉਹਨਾਂ ਨੇ ਕਹਿਤਾ ਵੀ ਟਾਂਕੇ ਕਟਵਾ ਕੇ ਆਓ ਅਤੇ ਫਿਰ ਮੈਂ ਟਾਂਕੇ ਚੈੱਕ ਕਰੂੰਗੀ। ਅਤੇ ਜਦੋਂ ਅਸੀਂ ਉੱਪਰੋਂ ਟਾਂਕੇ ਕਟਵਾ ਕੇ ਆਏ ਤਾਂ ਉਹਨਾਂ ਨੇ ਮਾੜਾ ਮੋਟਾ ਨੱਪ ਕੇ ਦੇਖਿਆ, ਉਦੋਂ ਬਲੀਡਿੰਗ ਨਹੀਂ ਹੋਈ, ਅਤੇ ਉਹਨਾਂ ਨੇ ਸਾਨੂੰ ਘਰ ਭੇਜਤਾ ਦਵਾਈ ਦੇ ਕੇ, ਕਹਿੰਦੇ ਵੀ ਦਵਾਈ ਲੈ ਜਾਓ ਠੀਕ ਹੋ ਜਾਏਗਾ। ਬਟ ਉਹ ਜਿੱਦਣ ਅਸੀਂ ਘਰ ਆਏ ਹਾਂ ਉਸ ਤੋਂ ਅਗਲੇ ਦਿਨ ਹੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਗਈ ਮੇਰੇ ਟਾਂਕਿਆਂ 'ਚੋਂ। ਫਿਰ ਅਸੀਂ ਦੁਬਾਰਾ ਗਏ, ਉਹਨਾਂ ਨੇ ਸਾਨੂੰ ਦਵਾਈ ਬਦਲ ਕੇ ਦੇ ਦਿੱਤੀ, ਕਹਿੰਦੇ ਵੀ ਇਹਦੇ ਨਾਲ ਠੀਕ ਹੋ ਜੂਗਾ। ਉਸੇ ਦਿਨ ਰਾਤ ਨੂੰ ਹੋਰ ਜ਼ਿਆਦਾ ਬਲੀਡਿੰਗ ਹੋ ਰਹੀ ਸੀ, ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਕਿ ਵੀ ਟਾਂਕਿਆਂ 'ਚੋਂ ਬਲੀਡਿੰਗ ਜਿਹੜੀ ਆ ਉਹ ਨਹੀਂ ਰੁਕ ਰਹੀ ਆ, ਤਾਂ ਉਹਨਾਂ ਨੇ ਪਹਿਲੇ ਸਾਨੂੰ ਕਿਹਾ ਵੀ ਤੁਸੀਂ ਆ ਕੇ ਮਿਲ ਜਾਓ। ਅਸੀਂ ਗਏ, ਉਹ ਕਹਿੰਦੇ ਵੀ ਐਡਮਿਟ ਕਰਨਾ ਪਏਗਾ, ਅਸੀਂ ਕਿਹਾ ਠੀਕ ਹੈ। ਉਹ ਕਹਿੰਦੇ ਦਵਾਈ ਲੈ ਕੇ ਜਾਓ, ਅਗਰ ਨਹੀਂ ਆਰਾਮ ਆਇਆ ਤਾਂ ਅਸੀਂ ਤੁਹਾਨੂੰ ਦਾਖਲ ਕਰ ਲਾਂਗੇ। ਸ਼ਾਮ ਨੂੰ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਆਰਾਮ ਨਹੀਂ ਆਇਆ, ਵੀ ਬਲੀਡਿੰਗ ਉਵੇਂ ਹੀ ਹੋਈ ਜਾ ਰਹੀ ਆ। ਅਸੀਂ ਹੋ ਗਿਆ ਜੀ ਤੁਹਾਡਾ ਇਹ 3.5 ਮਹੀਨੇ ਹੋ ਗਏ ਜੀ। ਅਜੇ ਤੱਕ ਤੁਸੀਂ ਤੰਦਰੁਸਤ? ਨਹੀਂ ਜੀ, ਅਜੇ ਵੀ ਮੇਰੇ ਪੱਟੀ ਹੋਈ ਹੋਈ ਆ, ਤੁਸੀਂ ਦੇਖ ਸਕਦੇ ਹੋ ਟਾਂਕੇ ਮੇਰੇ ਹਲੇ ਵੀ ਖੁੱਲੇ। ਕੀ ਚਾਹੁੰਦੇ ਕੀ ਹੁਣ ਤੁਸੀਂ? ਚਾਹੁੰਦੇ ਹਾਂ ਸਰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਸਰਕਾਰੀ ਹਸਪੀਟਲ ਆ ਉਹ ਲੋਕਾਂ ਦੀ ਸਹੂਲਤਾਂ ਵਾਸਤੇ ਬਣਾਏ ਗਏ ਆ। ਅਗਰ ਉੱਥੇ ਦਾ ਡਾਕਟਰ ਹੀ ਆ ਜਿਹੜੇ ਮਰੀਜ਼ਾਂ ਦੀ ਕੇਅਰ ਨਹੀਂ ਕਰ ਰਿਹਾ, ਉੱਤੋਂ ਦੀ ਉਹਨਾਂ ਨਾਲ ਅੱਛੀ ਤਰ੍ਹਾਂ ਨਾਲ ਪੇਸ਼ ਹੀ ਨਹੀਂ ਆ ਰਿਹਾ, ਤਾਂ ਮਰੀਜ਼ ਉੱਥੇ ਕਿਉਂ ਜਾਣਗੇ? ਹਾਂਜੀ, ਉਹ ਸਾਨੂੰ ਜਦੋਂ ਅਸੀਂ ਦੂਸਰੀ ਵਾਰੀ ਗਏ ਹਾਂ ਤਾਂ ਵੀ ਉਹਨਾਂ ਨੇ ਮੈਨੂੰ ਚੈੱਕ ਕਰਨ ਦੀ ਬਜਾਏ ਪਹਿਲਾਂ ਇਹੀ ਕਿਹਾ ਵੀ ਤੁਸੀਂ ਮੈਨੂੰ ਫੋਨ ਕਰਕੇ ਡਿਸਟਰਬ ਕੀਤਾ ਵਾ, ਅਤੇ ਵੀ ਮੈਂ ਤੁਹਾਡਾ ਪਰਚਾ ਫਰੀਦਕੋਟ ਦਾ ਕੱਟਦੀ ਹਾਂ ਵੀ ਮੈਂ ਇਲਾਜ ਨਹੀਂ ਕਰਨਾ ਤੁਹਾਡਾ, ਵੀ ਤੁਸੀਂ ਡਾਕਟਰ ਨਿਹਾਰਿਕਾ ਜੀ, ਉਹ ਕਹਿੰਦੇ ਵੀ ਤੁਸੀਂ ਫਰੀ ਦਾ ਇਲਾਜ ਕਰਵਾਉਣ ਲੋਕ ਆਉਂਦੇ ਸਰਕਾਰੀ ਹਸਪਤਾਲਾਂ 'ਚ, ਵੀ ਅਸੀਂ ਕਿਸੇ ਨੂੰ ਘਰੋਂ ਨਹੀਂ ਬੁਲਾ ਕੇ ਲਿਆਂਦੇ, ਇਲਾਜ ਕਰਵਾਓ। ਪੀੜਤ ਲੜਕੀ ਦੀ ਸੱਸ ਦਾ ਕਹਿਣਾ ਹੈ ਕਿ ਅਸੀਂ 3 ਵਾਰ ਆਪਰੇਸ਼ਨ ਖੁਲਵਾ ਚੁੱਕੇ ਹਾਂ ਪਰ ਬਲੀਡਿੰਗ ਬੰਦ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਕੈਨ ਵਿੱਚ ਪਤਾ ਲੱਗਾ ਹੈ ਕਿ ਪੇਟ ਵਿੱਚ ਆਪਰੇਸ਼ਨ ਦੌਰਾਨ ਕੁਝ ਰਹਿ ਗਿਆ ਹੈ, ਜਿਸ ਕਾਰਨ ਬਲੀਡਿੰਗ ਬੰਦ ਨਹੀਂ ਹੋ ਰਹੀ। ਪੀੜਤਾ ਦੀ ਸੱਸ ਨੇ ਸਿਹਤ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਸਖ਼ਤ ਕਾਰਵਾਈ ਤੇ ਆਪਣੀ ਬੱਚੀ ਦਾ ਫ੍ਰੀ ਇਲਾਜ ਕਰਾਉਣ ਦੀ ਗੁਹਾਰ ਲਗਾਈ ਹੈ। ਇੱਕ ਤੁਹਾਡੀ ਨੌਂ ਦੇ ਪ੍ਰੋਬਲਮ ਆਈ ਹੈ ਜੀ, ਮੁਸ਼ਕਲ ਆਈ ਹੈ, ਕੀ ਗੱਲ ਕੀ ਇਹਦੇ ਬਾਰੇ ਦਿਓ ਜਾਣਕਾਰੀ? ਇਹਨਾਂ ਦੇ ਵੀਰੇ ਅਸੀਂ 9ਵੇਂ ਮਹੀਨੇ ਦੀ 17 ਤਰੀਕ ਨੂੰ ਸਰਕਾਰੀ ਹੋਸਪਿਟਲ ਲੈ ਕੇ ਗਏ ਸੀ ਮੈਡਮ ਨਿਹਾਰਕਾ ਕੋਲ, ਉਹਨਾਂ ਕੋਲ ਆਪਰੇਸ਼ਨ ਕਰਵਾਇਆ ਸੀ ਅਤੇ ਬੇਟਾ ਹੋਇਆ ਸੀਗਾ। ਉਹਨਾਂ ਨੇ ਸਾਨੂੰ 5ਵੇਂ ਦਿਨ ਛੁੱਟੀ ਦੇ ਤੀ ਅਤੇ ਕਹਿੰਦੇ ਵੀ 10ਵੇਂ ਦਿਨ ਆ ਕੇ ਟਾਂਕੇ ਕਟਾ ਜਾਇਓ ਆ ਕੇ। ਅਸੀਂ 10ਵੇਂ ਦਿਨ ਟਾਂਕੇ ਕਟਾਉਣ ਗਏ ਅਤੇ ਟਾਂਕੇ ਕੱਟ ਕੇ ਸਾਨੂੰ ਘਰੇ ਤੋਰਤਾ, ਅਤੇ ਫਿਰ ਬਲੀਡਿੰਗ ਉਹਦੀ ਘਰੇ ਆ ਕੇ ਜ਼ਿਆਦਾ ਹੋ ਗਈ। ਫਿਰ ਅਸੀਂ 2ਵੇਂ ਦਿਨ ਲੈ ਕੇ ਗਏ, ਸਾਨੂੰ ਫਿਰ ਨੱਪ ਨੁੱਪ ਕੇ ਬਲੀਡਿੰਗ ਕੱਢ ਕੇ ਫਿਰ ਘਰੇ ਤੋਰਤਾ ਉਹਨਾਂ ਨੇ। ਫਿਰ ਅਸੀਂ 2ਵੇਂ ਦਿਨ ਲੈ ਕੇ ਗਏ ਅਤੇ ਕਹਿੰਦੀ ਵੀ ਐਡਮਿਟ ਕਰਨਾ ਪਊਗਾ, ਸਾਨੂੰ ਨਹੀਂ ਕੁਛ ਵੀ ਦੱਸਿਆ, ਕਹਿੰਦੀ ਇਹ ਕੋਈ ਗੱਲ ਨਹੀਂ, ਇਹ ਵੀ ਮੈਂ ਦਾਖਲ ਕਰ ਲੈਂਦੀ ਦੁਬਾਰੇ, ਫਿਰ ਅਤੇ ਦੁਬਾਰੇ ਖੋਲ੍ਹ ਕੇ ਕਰਨਾ ਪਊਗਾ। ਸਾਨੂੰ ਫਿਰ 8 ਦਿਨ ਉਹਨਾਂ ਨੇ ਰੱਖ ਲਿਆ ਉੱਥੇ।
ਫਿਰ 8ਵੇਂ ਦਿਨ ਸਾਨੂੰ ਅਸੀਂ ਮੈਡਮ ਨੂੰ ਕਿਹਾ ਵੀ ਮੈਡਮ ਸਾਨੂੰ ਛੁੱਟੀ ਚਾਹੀਦੀ ਆ, ਅਤੇ ਕਹਿੰਦੀ ਚਲੋ ਛੁੱਟੀ ਲੈ ਜਾਓ ਤੁਸੀਂ ਅਤੇ 2-4 ਦਿਨਾਂ ਨੂੰ ਆ ਕੇ ਦਿਖਾ ਜਾਓ ਅਤੇ ਟਾਂਕੇ ਹਜੇ 15 ਦਿਨਾਂ ਤੋਂ ਕੱਟਾਂਗੇ। ਅਸੀਂ ਘਰ ਲੈ ਆਏ, ਘਰ ਆ ਕੇ ਥੋੜ੍ਹੀ ਜਿਹੀ ਜ਼ਿਆਦਾ ਸੀਰੀਅਸ ਹੋ ਗਈ, ਸਾਨੂੰ ਇੱਦਾਂ ਲੱਗਾ ਵੀ ਅਸੀਂ ਪ੍ਰਾਈਵੇਟ ਦਿਖਾਈਏ। ਅਸੀਂ ਆਸਥਾ ਹੋਸਪਿਟਲ 'ਚ ਲੈ ਕੇ ਗਏ ਅਤੇ ਉਹ ਕਹਿੰਦੇ ਵੀ ਸਾਨੂੰ ਖੋਲ੍ਹਣਾ ਪੈਣਾ ਦੁਬਾਰੇ, ਫਿਰ ਇਹ ਵੀ ਵਿੱਚ ਇਨਫੈਕਸ਼ਨ ਬਹੁਤ ਫੈਲੀ ਹੋਈ ਆ। ਉਹਨਾਂ ਨੇ ਸਾਡੇ ਉਹਨਾਂ ਨੇ ਲਿਜਾ ਕੇ ਅਸੀਂ ਜਦੋਂ ਗਏ ਉਹਨਾਂ ਨੂੰ ਤਾਂ ਸਾਰੀ ਖੋਲ੍ਹ ਕੇ ਉਹਨਾਂ ਨੇ ਤਾਂ ਖੁੱਲ੍ਹਾ ਛੱਡਤਾ 9 ਦਿਨ। 10ਵੇਂ ਦਿਨ ਉਹਨਾਂ ਨੇ ਟਾਂਕੇ ਲਾ ਤੇ ਫਿਰ ਉਹਨਾਂ ਨੇ ਦੁਬਾਰੇ, ਅਤੇ 10ਵੇਂ ਦਿਨ ਤੋਂ ਬਾਅਦ ਜੋ ਟਾਂਕੇ ਲਾ ਤੇ 15 ਦਿਨ ਫਿਰ ਟਾਂਕੇ ਉੱਦਾਂ ਹੀ ਲੱਗੇ ਰਹੇ ਅਤੇ ਨਾਲ ਡਰੇਨ ਪਾਤੀ ਉਹਨਾਂ ਦੇ, ਰੇਸ਼ਾ ਬਲੀਡਿੰਗ ਕੁਛ ਨਹੀਂ ਬੰਦ ਹੋਇਆ, ਸਾਰਾ ਕੁਛ ਉੱਦਾਂ ਹੀ ਆਈ ਗਿਆ। ਅਸੀਂ ਰੋਜ਼ ਰੋਜ਼ਾਨਾ ਸਰਿੰਜ ਖਾਲੀ ਕਰਾਉਣ ਲੈ ਕੇ ਜਾਂਦੇ ਸੀਗੇ। ਫਿਰ ਉਹਨਾਂ ਨੇ 10ਵੇਂ ਦਿਨ ਜਦੋਂ ਟਾਂਕੇ ਦੁਬਾਰੇ ਖੋਲ੍ਹੇ ਉਹਨਾਂ ਨੇ, ਫਿਰ ਉਹਨਾਂ ਨੇ ਦੋ ਟਾਂਕੇ ਫਿਰ ਦੁਬਾਰੇ ਕੱਟਤੇ, ਉਹਨਾਂ ਨੇ ਕੱਟ ਕੇ ਅਤੇ ਪੱਟੀਆਂ ਵਿੱਚ ਪਾਉਂਦੇ ਰਹੇ। ਹੁਣ ਸਾਨੂੰ 2 ਮਹੀਨੇ ਹੋ ਗਏ ਅਸੀਂ ਪੱਟੀਆਂ ਕਰਾਉਂਦੇ ਰਹੇ। ਅਖੀਰ ਨੂੰ ਹੁਣ ਸਾਨੂੰ ਪਰਸੋਂ ਫਿਰ ਉਹਨਾਂ ਨੇ ਕਹਿਤਾ ਵੀ ਇਹਨਾਂ ਦਾ ਦੁਬਾਰੇ ਵੱਡਾ ਆਪਰੇਸ਼ਨ ਕਰਨਾ ਪੈਣਾ ਵਾ। ਅਸੀਂ ਫਿਰ ਉਹਨਾਂ 'ਤੇ ਨਹੀਂ ਰਹੇ, ਅਸੀਂ ਫਿਰ ਦਿੱਲੀ ਹਾਰਟ ਲੈ ਕੇ ਗਏ। ਉਹ ਦਿੱਲੀ ਹਾਰਟ ਵਾਲਿਆਂ ਨੇ ਕਿਹਾ ਵੀ ਪਹਿਲਾਂ ਸਕੈਨ ਕਰਾ ਕੇ ਲਿਆਓ। ਅਸੀਂ ਸਕੈਨ ਕਰਵਾਈ ਅਤੇ ਉਹਦੇ ਵਿੱਚ ਹੁਣ ਉਹਨਾਂ ਨੇ ਦੱਸਿਆ ਗਾ ਵੀ ਇਹਨਾਂ ਦੇ ਵਿੱਚ ਕੋਈ ਰਹਿ ਗਈ ਆ ਚੀਜ਼, ਕੋਈ ਜਾਂ ਪੱਟੀ ਵਗੈਰਾ ਰਹਿ ਗਈ ਜਾਂ ਕੋਟਿੰਗ ਰਹਿ ਗਈ ਆ, ਵੀ ਅਸੀਂ ਵੱਡਾ ਆਪਰੇਸ਼ਨ ਕਰਾਂਗੇ, ਖੋਲ੍ਹੇ ਤਾਂ ਸਾਨੂੰ ਪਤਾ ਲੱਗਣਾ। ਸਰਕਾਰੀ ਹਸਪਤਾਲ ਦੀ ਅਣਗਹਿਲੀ, ਹਾਂਜੀ ਸਰਕਾਰੀ ਹਸਪਤਾਲ ਦੀ ਅਣਗਹਿਲੀ ਕਾਰਨ ਹੋਇਆ ਵਾ। ਮੈਡਮ ਨੇ ਹਾਰਕਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ, ਉਹਦੀ ਸਾਰੀ ਇਨਕੁਆਇਰੀ ਕੀਤੀ ਜਾਵੇ, ਉਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ, ਜਿਹੜੀ ਮੇਰੀ ਨੂੰਹ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਹੁਣ ਕੀ ਇਹਨਾਂ ਨੂੰ ਤਕਲੀਫ ਕੀ ਆ ਰਹੀ ਹੈ? ਤਕਲੀਫ ਉਹੀ ਆ ਬਸ ਵੀ ਉਹਨਾਂ ਦੀ ਉਹ ਬਲੀਡਿੰਗ ਵਗੈਰਾ ਹੀ ਨਹੀਂ ਹਜੇ ਵੀ ਰੋਕ ਰਹੀ। ਉਹਨੂੰ ਮਿਲੇ ਸੀਗੇ ਦੁਬਾਰਾ? ਹਾਂਜੀ ਅਸੀਂ ਮਿਲੇ ਵੀ ਹਾਂ, ਅਸੀਂ ਮਿਲੇ ਨਹੀਂ, ਫੇਸ ਟੂ ਫੇਸ ਨਹੀਂ ਮਿਲੇ ਗਏ। ਅਸੀਂ ਉਹਨਾਂ ਨਾਲ ਫੋਨ 'ਤੇ ਗੱਲ ਕੀਤੀ ਸੀਗੀ, ਸਾਨੂੰ ਕਹਿੰਦੀ ਵੀ ਤੁਸੀਂ 3ਵੀਂ ਵਾਰ ਵੀ ਆ ਜਾਣਾ ਸੀਗਾ, ਅਤੇ ਤੁਸੀਂ ਇਹ ਮੈਂ ਤੁਹਾਨੂੰ ਫਰੀਦਕੋਟ ਦਾ ਪਰਚਾ ਕੱਟ ਦੇਣਾ ਸੀਗਾ। ਸਾਨੂੰ ਬਹੁਤ ਗਲਤ ਫਲਤ ਬੋਲੀ ਹੈ ਜਿਹੜੀ ਮੈਡਮ ਇੱਥੋਂ ਦੀ ਹੈਗੀ ਡਿਸਪੈਂਸਰੀ ਵਾਲੀ ਮੈਡਮ, ਉਹਨਾਂ ਨੂੰ ਉਹਨਾਂ ਕੋਲ ਵੀ ਅਸੀਂ ਗੱਲ ਕੀਤੀ, ਉਹਨਾਂ ਨੇ ਗਾਂਹ ਫੋਨ 'ਤੇ ਗੱਲ ਕੀਤੀ, ਉਹਨਾਂ ਨੂੰ ਵੀ ਉਹ ਕਹਿੰਦੀ ਮੈਂ ਤੇਰੇ 'ਤੇ ਮੈਨੂੰ ਤੂੰ ਤੰਗ ਕਰਦੀ ਹੈ ਤਾਂ ਮੈਂ ਤੇਰੇ 'ਤੇ ਕੇਸ ਕਰ ਦੇਣਾ। ਸਿਵਲ ਸਰਜਨ ਨਾਲ ਤੁਹਾਡੀ ਗੱਲ ਹੋਈ? ਨਹੀਂ, ਕਿਸੇ ਨਾਲ ਵੀ ਨਹੀਂ ਹੋਈ ਸਾਡੀ ਗੱਲ। ਜਿਹੜੀ ਦਵਾਈਆਂ ਵਗੈਰਾ ਤੁਹਾਨੂੰ ਹਸਪਤਾਲ 'ਚ ਮਿਲੀਆਂ ਸਾਰੀਆਂ? ਦਵਾਈਆਂ ਸਾਰੀਆਂ ਉਹਨਾਂ ਨੇ ਸਾਨੂੰ ਬਾਹਰੋਂ ਲਿਖ ਕੇ ਦਿੱਤੀਆਂ। ਜਦੋਂ ਆਪਰੇਸ਼ਨ ਛੁੱਟੀ ਮਿਲੀ ਸਾਨੂੰ, ਉਦੋਂ ਵੀ ਉਹਨਾਂ ਨੇ ਦਵਾਈ ਸਾਨੂੰ ਲਿਖ ਕੇ ਦਿੱਤੀ। ਜਦੋਂ 2ਵਾਰੀ ਉਹਨਾਂ ਨੇ ਦਾਖਲ ਕੀਤਾ ਸੀਗਾ ਉਦੋਂ ਵੀ ਸਾਨੂੰ ਬਾਹਰੋਂ ਲਿਖ ਕੇ ਦਿੱਤੀ। ਘਰੋਂ ਸਾਰੀਆਂ ਫ੍ਰੀ ਮਿਲਦੀਆਂ ਨੇ ਤੁਹਾਨੂੰ? ਮੁੱਲ ਹੀ ਮਿਲੀਆਂ ਸਾਨੂੰ? ਸਾਰੀਆਂ ਮੁੱਲ ਮਿਲੀਆਂ ਸਾਰੀਆਂ, ਸਾਡੇ ਕੋਲੇ ਪਰਚੀਆਂ ਪਈਆਂ, ਦਵਾਈਆਂ ਵੀ ਸਾਡੇ ਕੋਲੇ ਹੈਗੀਆਂ। ਉਦੋਂ ਅਸੀਂ ਇਹੀ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ। ਵੱਧ ਤੋਂ ਵੱਧ ਇਹਨੂੰ ਸਜ਼ਾ ਹੋਵੇ। ਜਿਹੜੀ ਇਹ ਡਾਕਟਰ ਨਹੀਂ, ਇਹਨੇ ਅੱਗੇ ਵੀ ਸਾਨੂੰ ਉੱਥੇ ਨਰਸਾਂ ਵੀ ਦੱਸਦੀਆਂ ਸੀ, ਕਹਿੰਦੀਆਂ ਜਿੰਨੇ ਵੀ ਆਪਰੇਸ਼ਨ ਇਹਦੇ ਹੋਏ ਆ ਸਾਰੇ ਖਰਾਬ ਹੀ ਹੋਏ ਇਹਦੇ। ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ। ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਰਾਜੇਸ਼ ਅਤਰੀ ਦਾ ਕਹਿਣਾ ਹੈ ਕਿ ਡਾਕਟਰ ਨਿਹਾਰਿਕਾ ਨੇ ਆਪਰੇਸ਼ਨ ਵਿੱਚ ਲਾਪਰਵਾਹੀ ਵਰਤੀ ਹੈ, ਜਿਸ ਸੰਬੰਧੀ ਜਾਂਚ ਚੱਲ ਰਹੀ ਹੈ। ਪੇਸ਼ੈਂਟ ਲਗਭਗ 2 ਤੋਂ 2.5 ਮਹੀਨੇ ਪਹਿਲਾਂ ਦੀ ਡਿਲੀਵਰੀ ਹੋਈ ਸੀ, ਜਿਹੜੀ ਸਾਡੇ ਇੱਥੇ ਡਾਕਟਰ ਨਿਹਾਰਿਕਾ ਦੁਆਰਾ ਕੀਤੀ ਗਈ ਸੀ। ਇਸ ਸੰਬੰਧ ਵਿੱਚ ਕੋਈ ਇਨਫੈਕਸ਼ਨ ਦੀ ਕੰਪਲੇਂਟ ਆਈ ਹੈ ਜਿਹੜੀ ਕਿ ਸਾਨੂੰ ਪ੍ਰਾਪਤ ਹੋਈ ਹੈ। ਇਹਦੇ ਵਿੱਚ ਡਾਕਟਰ ਰੁਪਿੰਦਰ ਜਿਹੜੇ DFPO ਔਰ ਮੈਂ ਜਿਹੜਾ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ। ਜੋ ਵੀ ਇਹਦੇ ਵਿੱਚ ਪਾਇਆ ਜਾਏਗਾ, ਜਿਸ ਮੁਤਾਬਿਕ ਵੀ ਉਹਦੇ ਨਾਲ ਇਨਸਾਫ ਜਿਹੜਾ ਪੂਰਾ ਕੀਤਾ ਜਾਏ। ਦਰਅਸਲ ਲੜਕੀ ਦਾ ਕਹਿਣਾ ਵੀ 3 ਵਾਰ ਉਹਦਾ ਆਪਰੇਸ਼ਨ, 2 ਵਾਰ ਇੱਥੇ ਕੀਤਾ ਗਿਆ, 1 ਵਾਰ ਉਹਨਾਂ ਨੂੰ ਪਾਸੇ ਕਰਾਇਆ, ਉਹਦੇ ਪੱਟੀਆਂ ਜਿਹੜੀਆਂ ਰਹਿ ਗਈਆਂ ਵਿੱਚ ਪੇਟ ਦੇ ਜੀ, ਕੋਈ ਪੱਟੀਆਂ ਵਗੈਰਾ? ਇਹਦੇ ਬਾਰੇ 'ਚ ਹਾਲੇ ਆਪਾਂ ਜਾਂਚ ਕਰ ਰਹੇ ਹਾਂ ਕਿ ਇਹਦੇ ਵਿੱਚ ਅਸਲੀਅਤ ਕੀ ਹੈ। ਜੋ ਵੀ ਅਸਲੀਅਤ ਹੋਏਗੀ ਉਹ ਜਾਂਚ ਦੁਆਰਾ ਸਾਹਮਣੇ ਆ ਜਾਏਗੀ। ਬਿਊਰੋ ਰਿਪੋਰਟ, ਰੰਗਲਾ ਟੀਵੀ।